ਪੰਜ ਤੇ ਪੂਰਾ ਮਾਸ਼ਾਅੱਲਾ ਜਿੱਥੇ ਦਾ ਨਜ਼ਾਰਾ ਕਰਾਂਗੀ। ਲੇਕਿਨ ਮੈਂ ਜੁੱਤੀਆਂ ਪਾਉਂਦੇ ਨਹੀਂ ਫਰਾਕ ਭਾਈ ਬਣਦਾ ਬੰਦੇ ਨੇ ਇਨਸਾਨ ਨੇ ਗੱਲ ਜੁੱਤੀ ਪਾਈ ਹੋਏ ਸੋਹਣੀ ਨਹੀਂ ਲੱਗਦੀ ਬੈਠ ਤੇ ਗੱਲ ਜੁੱਤੀ ਨਹੀਂ ਸੋਹਣੀ। ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਹੈ ਜੀ ਜੁਮਾਤੁਲ ਮੁਬਾਰਕ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੀ ਸ਼ਾਨ ਤੇ ਮਾਸ਼ਾਅੱਲਾ ਜੀ ਸਿਆਲਕੋਟ ਦੇ ਬ੍ਰਾਂਡ ਤੇ ਨਾਮਵਰ ਵਪਾਰੀ ਹਾਜੀ ਅੱਬਾਸ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਹਾਜੀ ਅੱਬਾਸ ਸਾਹਿਬ ਇੱਕ ਦਫਾ ਫਿਰ ਆ ਗਏ ਨੇ ਤੇ ਜਾ ਗਏ ਨੇ ਮਾਸ਼ਾਅੱਲਾ ਜੀ ਮਿਹਨਤ ਕਰਕੇ ਦੋਸਤਾਂ ਵਾਸਤੇ ਪੰਜ ਖੂਬਸੂਰਤ ਟਾਪ ਕਲਾਸ ਅਸਲੀ ਤੇ ਨਸਲੀ ਗਾਵਾਂ ਜਿਨ੍ਹਾਂ 'ਚ ਮਾਸ਼ਾਅੱਲਾ ਜੀ ਦੋ ਖਾਂਗੜ ਗਾਵਾਂ ਵੀ ਮੌਜੂਦ ਨੇ, ਇਸ ਤੋਂ ਇਲਾਵਾ ਇੱਕ ਚੋਟੀ, ਇਸ ਤੋਂ ਇਲਾਵਾ ਇੱਕ ਖੀਰੀ ਵੱਛੀ ਤੇ ਵੱਛਾ ਵੀ ਲੈ ਕੇ ਆਏ ਨੇ ਕਮ ਅਜ਼ ਕਮ ਕੀਮਤ ਹੈ ਜੀ 25,000 ਤੇ। ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 18 ਕਿਲੋ ਦੁੱਧ ਵਾਲੀ ਵੈਟ ਵੀ ਮੌਜੂਦ ਹੈ। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ ਜੀ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ ਜੀ। ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਹਾਜੀ ਸਾਹਿਬ, ਤੁਸੀਂ ਸੁਣਾਓ ਠੀਕ ਹੋ ਸਭ ਹੈਰੀਅਤ ਹੈ? ਅੱਲਾਹ ਦਾ ਸ਼ੁਕਰ ਜੇ ਤੇ ਅੱਲਾਹ ਦਾ ਬੜਾ ਇਹਸਾਨ ਜੇ ਫਰਾਜ਼ ਭਾਈ ਤੇ ਭਰਾਵਾਂ ਦੀਆਂ ਵੀਰਾਂ ਦੀਆਂ ਦੁਆਵਾਂ ਨਾਲ ਅਸੀਂ ਬਾਜ਼ਾਰ ਅੱਲਾਹ ਦੇ ਹੁਕਮ ਨਾਲ ਛਾਏ ਪਏ ਹੋ ਮਾਸ਼ਾਅੱਲਾ ਜੀ। ਅਲਹਮਦੁਲਿਲਾ ਅੱਲਾਹ ਦੀ ਜ਼ਾਤ ਤੇ ਭਰਾਵਾਂ ਦੇ ਮਾਸ਼ਾਅੱਲਾ। ਹਾਂਜੀ ਇਨਸ਼ਾਅੱਲਾ ਫਜ਼ਲੇ ਖੁਦਾ। ਦੋਸਤ ਆਲਰੇਡੀ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ, ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ। ਫਰਾਜ਼ ਭਾਈ ਜ਼ਿਲ੍ਹਾ ਸਿਆਲਕੋਟ ਹੈ, ਤਹਿਸੀਲ ਵੀ ਸਿਆਲਕੋਟ ਹੈ, ਠੀਕ ਹੈ। ਪੀਰੋ ਚੱਕ ਤੋਂ ਵੀ 1.5 ਕਿਲੋਮੀਟਰ ਹੈ, ਬੜੀਓ ਸਟਾਪ ਤੋਂ ਜਿਹੜਾ ਨਾ 3 ਕਿਲੋਮੀਟਰ ਤੇ ਘੁੰਮੇ ਵੀ ਸਟਾਪ ਤੋਂ ਵੀ 3 ਕਿਲੋਮੀਟਰ। ਤਹਿਸੀਲੋ ਜ਼ਿਲ੍ਹਾ ਸਿਆਲਕੋਟ ਹੈ। ਖੜਾ ਕੀ ਹਿਸਾਬ ਅੱਜ? ਫਰਾਜ਼ ਭਾਈ ਖੜਾ ਘੁੰਮਦੇ ਇਨਸ਼ਾਅੱਲਾ ਤੇ ਨਮੋਲ ਹੀਰੇ ਹੁੰਦੇ, ਗੱਲਾਂ ਕਰ ਲਈਦੀਆਂ ਨੇ, ਠੀਕ ਹੈ। ਅੱਜ ਨਸਲਾਂ ਤੇ ਜਿਨਸਾਂ ਚੈੱਕ ਕਰਾਉਣੀਆਂ ਨੇ ਤੇ ਇੱਕ ਮੈਂ ਵੀਡੀਓ ਵੇਖੀ ਫਰਾਜ਼ ਭਾਈ ਤੇ ਭਾਈਆਂ ਨੇ ਯਾਰ ਕਿ ਮੈਨੂੰ ਨਾ ਆਮ ਬੰਦਾ ਸ਼ੌਕੀ ਹੈਗਾ ਫੋਨ ਕਰੇ ਕਰੇ ਆਮ ਨਾ ਕਰੇ ਕਰੇ। ਅੱਗੇ ਮੈਂ ਇੱਕ ਵੀਡੀਓ ਵਿਦਾਹ ਕੀਤੀ ਸੀ ਤੇ ਆਪਣਾ ਵੀਡੀਓ ਲਾ ਦੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮਾਦਰਤ। ਯਾਰ ਵੀਰ ਭਰਾਵਾ ਸਾਡੀ ਤੇਰੀ ਕੋਈ ਦੁਸ਼ਮਣੀ ਨਹੀਂ, ਅੱਲਾ ਮਾਫ਼ੀ ਦੇ, ਤੂੰ ਵੀ ਵੀਰ ਹੈ, ਅਸੀਂ ਵੀਰ ਹਾਂ ਤੇਰੇ, ਠੀਕ ਹੈ। ਅਤੇ ਕਹਿੰਦਾ ਐਂ ਨਾ ਗੱਲ ਕਿਆ ਕਰ, ਕਿਸੇ ਨੂੰ ਨੀਚ ਨਾ ਯਾਰ ਸਮਝ, ਠੀਕ ਹੈ। ਆਪਣੇ ਆਪ ਨੂੰ ਨੀਚ ਨਾ ਸਮਝ ਕਿਸੇ ਨੂੰ, ਮਤਲਬ ਕਿ ਮੇਰੇ ਤੋਂ ਸਾਰੇ ਥੱਲੇ ਨੇ, ਨਹੀਂ। ਅੱਲਾ ਦੀ ਜ਼ਾਤ ਬੜੀ ਬੜੀ ਦੁਨੀਆ ਬਣਾਈ ਹੈ ਅਤੇ ਫਖਰ ਨਹੀਂ ਐਡਾ ਕਰੀਦਾ, ਠੀਕ ਹੈ। ਅਤੇ ਕਰਾਓ ਸ਼ੌਕ, ਅੱਲਾ ਦੇ ਖੈਰ ਰੱਖੇ ਫਰਾਜ਼ ਭਾਈ। ਆਓ ਜੀ ਮਾਸ਼ਾਅੱਲਾ ਜੀ, ਕਾਫੀ ਦੋਸਤ ਖਾਂਗੜ ਦੀ ਡਿਮਾਂਡ ਕਰਦੇ ਨੇ ਤੇ ਕਾਫੀ ਵੀਡੀਓਜ਼ ਹੋ ਗਈਆਂ ਨੇ ਅੱਜ ਸਾਹਿਬ, ਹਰ ਵੀਡੀਓ 'ਚ ਕੋਈ 2-4 ਜਾਨਵਰ ਖਾਂਗੜ ਵੀ ਸ਼ਾਮਿਲ ਕਰਦੇ ਨੇ। ਮਾਸ਼ਾਅੱਲਾ ਜੀ ਵੈਡ ਨੰਬਰ 1 ਆ ਗਈ ਹੈ, ਖਾਂਗੜ ਵੈਡ ਹੈ ਜੀ। ਆਈ ਸਾਹਿਬ ਕਿੰਨਵਾਂ ਸੁਆ ਸੂਈ ਹੈ ਤੇ ਦੁੱਧ ਕਿੰਨਾ ਇਹਦੇ ਕੋਲ? ਭਾਈ ਇਹ ਪਹਿਲਾ ਸੁਆ ਸੂਈ ਹੈ ਤਾਂ 7 ਕਿਲੋ ਦੁੱਧ ਹੈ। ਤੁਸੀਂ ਭਾਈ ਜ਼ਰਾ ਬਾਈ ਜੀ ਮਿਹਰਬਾਨੀ ਇੱਥੇ ਭਾਈ ਸਿੱਧੀ ਕਰਿਓ ਵੈਡ। ਸੁਬਾ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ, ਚੰਗੀ ਕਾਦਾਵਰ ਕੱਦ ਬੁੱਤ ਵਾਲੀ ਹਾਈਟ ਵਾਲੀ ਹੈ। ਇੱਥੇ ਭਾਈ ਖਿਲਾਰ ਜੀ ਆਪੀ ਭਰਲੀ ਸਾਈਡ 'ਤੇ ਹੋਣਾ, ਜਾਨਵਰ ਜ਼ਰਾ ਸਿੱਧਾ ਕਰਨਾ, ਜਾਨਵਰ ਸਿੱਧਾ ਕਰੋ ਜ਼ਰਾ, ਕੈਮਰੇ 'ਚ ਮੁਕੰਮਲ ਨਜ਼ਰ ਆਏ। ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਦੁੱਧ 7 ਕਿਲੋ ਵੇ, ਪ੍ਰਿੰਟ ਦੀ ਸ਼ਾਈਨਿੰਗ ਦੋਸਤਾਂ ਵੇਖ ਲੈਣੀ ਹੈ, ਪਹਿਲਣ ਵੈੜ ਹੈ ਤੇ ਅੱਜ ਸਭ ਚੁਆਈ ਦੀ ਕਿੰਝ ਕਰਦੇ? ਫਰਾਜ਼ ਭਾਈ ਵੰਗਾ ਵੀ ਨਹੀਂ ਜੇ ਲੈਂਦੀ, ਵੰਗੇ ਤੇ ਗੁੱਸਾ ਕਰਦੀ ਹੈ। ਅੱਛਾ ਐਂ ਜੀ, ਪਹਾੜਾ ਪਾਣਾ ਮੋਟਕੂ ਤੇ ਥੱਲੇ ਪੈ ਜਾਣਾ, ਠੀਕ ਹੈ। 3 ਮਹੀਨੇ ਦੀ ਗੱਬਾ ਨੇ, 4th ਮਹੀਨਾ ਸ਼ੁਰੂ ਹੋ ਗਿਆ, ਟੀਕਾ ਵੀ ਚੰਗਾ ਰਹਾਇਆ ਤੇ 7 ਕਿਲੋ 8 ਕਿਲੋ ਦੁੱਧ 6 ਕਿਲੋ ਦੀ ਗਰੰਟੀ ਦੇਣਾ, ਕਿਉਂਕਿ ਯਾਰ 5-10 ਕਿਲੋ ਖਾਂਗੜੀਆਂ ਚੋਂ ਘੱਟ ਜਾਣਾ, ਹੇਠਾਂ ਤਾਂ ਘੱਟ ਜਾਣ
ਤੇ ਵੀਰ ਭਰਾ ਲਾਮੇ ਬੜੇ ਦੇਣ ਲੱਗ ਪੈਂਦੇ ਤੇ ਮੈਨੂੰ ਲਾਮਾ ਨਹੀਂ ਚਾਹੀਦਾ। 3 ਮਹੀਨੇ ਮੁਕੰਮਲ ਹੋ ਗਏ ਨੇ, ਸੁਆ ਪਹਿਲਾਂ ਸੂਈ ਹੈ, 4th ਮਹੀਨੇ 'ਚ ਲੱਗੀ ਹੈ, ਅੱਗੋਂ ਸੁਆ ਦੂਸਰਾ ਸੋਣਾ। ਕਨਫਰਮ ਗੱਬਾ ਨੇ 6 ਕਿਲੋ ਦੁੱਧ ਦੀ ਗਰੰਟੀ ਹੋਏ ਦੀ ਤੇ ਪਹਾੜੇ ਤੇ ਦੀ ਚੁਆਈ ਹੁੰਦੀ ਵੀ ਮਾਸ਼ਾਅੱਲਾ ਜੀ। ਤੁਹਾਨੂੰ ਵੀ ਦੋਸਤਾਂ ਚੈੱਕ ਕਰਨੇ ਨੇ ਕੀ ਨਸਲ ਹੈ ਸਭ ਦੀ। ਫਰਾਜ਼ ਭਾਈ ਫਰੀਜ਼ੀਅਨ, ਆਪਣਾ ਜਰਸੀ ਫਰੀਜ਼ੀਅਨ ਕਰਾਸ ਹੈ, ਜਰਸੀ ਤੇ ਫਰੀਜ਼ੀਅਨ ਕਰਾਸ ਕਿੰਨੇ ਦਾ ਹੁੰਦੇ ਇਹ? ਫਰਾਜ਼ ਭਾਈ ਮੇਰੇ ਹਿਸਾਬ ਨਾਲ 6 ਹੋ ਗਏ ਹੋਣਗੇ। ਠੀਕ ਹੈ ਜੀ, ਆਈ ਸਾਹਿਬ ਕਰਿਓ ਜ਼ਰਾ ਖੜਾਕ ਅਜ ਰੇਟਾਂ ਦੇ ਕਰਨੇ ਫਰਾਜ਼ ਭਾਈ, ਕਿਉਂਕਿ ਅੱਗੇ ਵੀ ਵੀਰਾਂ ਭਰਾਵਾਂ ਖੜੀਆਂ ਨਾ, ਵੈੜੀਆਂ ਖਾਂਗੜੀਆਂ ਜਿਹੜੀਆਂ ਗੱਬਣ ਜਿੱਤੀਆਂ ਨਾ, ਮੈਂ 1-2 ਦਿਨ ਦੀ ਗਰੰਟੀ ਦੇਣਾ, ਸਾਲਾਂ ਨਹੀਂ ਮੇਰੀ ਕੋਲ ਨੇ। ਜਾ ਕੇ ਆਪਣੇ ਡੇਰੇ 'ਚ ਚੈੱਕ ਕਰਾ ਲੈਣ ਭਾਵੇਂ, ਇੱਥੇ ਵੀਰਾਂ ਨੇ ਚੈੱਕ ਕਰਾਈਆਂ ਨੇ, ਉਹਨਾਂ ਆਖਿਆ ਜੀ ਪਾਸ ਹੈ ਮਾਲ। ਮੈਂ ਕਿਹਾ ਗੱਲ ਮੁੱਕੀ, ਲੇਕਿਨ ਭਾਈ ਸਾਹਿਬ 1-2 ਦਿਨ ਦੀ ਗਰੰਟੀ, ਉਹ ਤੋਂ ਬਾਅਦ ਗਰੰਟੀ ਕੋਨੇ। ਠੀਕ ਹੈ, ਜਾ ਕੇ ਇਹ ਮੁੱਠ ਭੜੇ ਸਾਰੇ, ਪਤਾ ਨਹੀਂ ਕੀ ਕਰਨਾ ਕੀ ਨਹੀਂ। ਤੇ ਫਰਾਜ਼ ਭਾਈ ਹੁਣ ਦੇ ਖੜਾ ਕੇ ਅੱਲਾ ਦੇ ਉਗਾਣਾ ਤੇ ਪੂਰੇ ਤਗੜਾ ਕੇ ਹੁਣ ਦੇ ਇਹਦਾ ਲਾ ਲਓ ਫਰਾਜ਼ ਭਾਈ 2,15,000 ਰੁਪਏ। 2,15,000 ਜ਼ਬਰਦਸਤ ਮਾਸ਼ਾਅੱਲਾ ਖੜਾ ਕੇ ਹੋਰ ਕਰ ਦੋ। ਕਿੰਨਾ ਕਰਾਉਣਾ ਜੀ? 5,000 ਲੇਕਿਨ ਬੜੇ ਬੜੇ ਬੋਲਦੇ ਨੇ ਯਾਰ, ਇੰਨੇ ਦੀ ਤਿਆਰ ਕਰਕੇ ਹੋ ਜਾਂਦੀ ਹੈ, ਇੰਨੇ ਦੀ ਨਹੀਂ ਯਾਰ, ਝੂਠ ਨੇ ਸਭ। ਇਹ ਨਸੀਬ ਨੇ, ਮੇਰੀ ਵੀਡੀਓ ਦੇ ਵਿੱਚ ਰਿਕਾਰਡ ਕਰ ਲਓ ਗੱਲ, ਜਿਵੇਂ ਤਾਂ ਥਣ ਸਾਫ਼ ਮੇਰੇ ਘਰੋਂ ਖੜਨੇ ਜਾਂ ਤਾਂ ਥਣ ਸਾਫ਼ 20 ਦਿਨ ਪਹਿਲਾਂ 4 ਲੱਖ ਰੁਪਏ ਦੀ ਵੈੜੀ ਨਾਲ ਲਾਂ ਤੇ ਬਾਪਦਾ ਨੇ ਜੀ, 4 ਲੱਖ ਦੀ ਵੈੜੀ ਘੱਲ ਛੱਡਿਓ ਮੇਰੇ ਘਰ ਜੀ। ਅੱਗੇ ਆ ਗਈ ਮਾਸ਼ਾਅੱਲਾ ਜੀ ਵੈਰ ਨੰਬਰ 2 ਜੀ, ਆਈ ਸਾਹਿਬ ਵੀ ਖਾਂ ਗਏ ਜੀ। ਫਰਾਜ਼ ਭਾਈ ਖਾਂ ਗਏ ਤੇ 10 ਅਗਸਤ ਦਾ ਇਹਨੂੰ ਟੀਕਾ ਲਵਾਇਆ ਸਾਈਵਾਲ। ਬਾਈ ਜ਼ਰਾ ਸਿੱਧਾ ਬ੍ਰਾਂਡ ਬਰੂਨ ਟੀਕਾ ਨਹੀਂ ਲੱਗਾ, ਸਾਈਵਾਲ ਟੀਕਾ ਲਵਾਇਆ। ਸਾਈਵਾਲ ਦਾ ਟੀਕਾ ਰਹਾਇਆ 10 ਅਗਸਤ ਦਾ, ਅੱਜ ਹੋ ਗਈ 18, ਯਾਨੀ ਘੱਟ ਕੇ ਦਿਨ ਹੋ ਗਏ ਨੇ। ਹਾਂਜੀ ਠੀਕ ਹੈ। ਇਹ ਆਈ ਸਾਹਿਬ ਖਾਂਗੜੇ ਸੂਆ ਕਿੰਨਾ ਸੂਈ ਹੈ? 2 ਸੂਏ ਕੇ ਸੂ ਗਈ ਹੈ, ਕੋਈ ਤੀਜੇ ਹੁਣ ਟੀਕਾ ਰੱਖ ਦਿੱਤਾ। 2 ਸੂਏ ਸੂ ਗਈ ਹੈ, ਕੋਈ ਤੀਸਰਾ ਸੂਆ ਨੇ ਸੋਣਾ। ਮਾਸ਼ਾਅੱਲਾ ਜੀ ਰਵੇਲ ਕਾਫੀ ਹੈ, ਵੱਡੀ ਜਸਾਮਤ ਵਾਲੀ ਹੈ, ਪ੍ਰਿੰਟ ਜ਼ਬਰਦਸਤ ਹੈ, ਥਾਣ ਵੀ ਸੋਹਣੇ ਲੱਗੇ ਨੇ। ਮਾਸ਼ਾਅੱਲਾ ਜੀ ਦੁੱਧ ਕਿੰਨਾ ਗਿਆ ਆਈ ਸਾਹਿਬ ਦੇ ਕੋਲ? ਭਾਈ ਦੁੱਧ ਜਿਹੜਾ ਨਾ ਉਹ ਇਹਦੇ ਥੱਲੇ ਸੀ ਤਕਰੀਬਨ 7 ਕਿਲੋ। ਅੱਛਾ, ਹੁਣ ਦੁੱਧ ਹੀ ਦਿਆਂ ਨਾ 5 ਕਿਲੋ ਦੀ ਗਰੰਟੀ, 100 ਰਾਂ ਨਾਲ ਦੁੱਧ ਘਟਾ ਗਈ ਹੈ। ਅੱਛਾ, ਕਿਹਾ ਫਰਾਜ਼ ਭਾਈ ਆ ਵੇਖੋ ਐਂਜੀ ਚੋਲੋ, ਕੋਈ ਜ਼ਰੂਰਤ ਨਹੀਂ ਇਹਨੂੰ ਕੋਈ ਸ਼ੈ ਪਾਉਣ ਦੀ, ਅੱਲਾ ਦੇ ਹੁਕਮ ਨਾਲ ਕੋਈ ਬੰਗਾ ਚੰਗਾ ਕੋਈ ਸ਼ੈ। ਠੀਕ ਹੈ, ਬ੍ਰਾਂਡ ਹੈ ਫਰਾਜ਼ ਭਾਈ, ਸ਼ੀਲ ਸ਼ਰੀਫ ਮਾਸ਼ਾਅੱਲਾ ਜੀ। ਪਿਆਰੇ ਭਾਈ ਦਾ ਚਿਹਰਾ ਵੀ ਸਾਹਮਣੇ ਕਰਨਾ, 5 ਕਿਲੋ ਦੁੱਧ ਦੀ ਗਰੰਟੀ ਹੋਈ ਜੀ, ਸੂਆ ਦੂਸਰਾ ਸੂਈ ਹੋਈ ਜੀ, ਤੇ ਟੀਕਾ ਲੱਗਾ ਜੇ ਡਾਕਟਰ ਸਾਹਿਬ ਕੋਲ ਤਸਦੀਕ ਕਰਾ ਦਿਆਂ ਨੇ। ਠੀਕ ਹੈ, ਸਾਈਵਾਲ, ਹਾਂਜੀ ਸਾਈਵਾਲ ਤੇ ਪਿਓਰ ਅਸਲ ਮੋਨੀ ਪਾਊਡਰ ਲਗਾ। ਭਾਈ ਚਿਹਰਾ ਦਾ ਸਾਹਮਣੇ ਕਰਿਓ ਜੀ। ਨੰਬਰ 2 ਦੇ ਆ ਗਈ ਖਾਂਗੜ, ਵੱਡੀ ਜਸਾਮਤ ਵਾਲੀ ਪਹਿਲਵਾਨ ਚੀਜ਼ ਹੈ ਮਾਸ਼ਾਅੱਲਾ ਜੀ, 5 ਕਿਲੋ ਦੁੱਧ ਦੀ ਗਰੰਟੀ ਹੈ। ਚਿਹਰਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਆ, ਪੂਰੀ ਨਸਲੀ ਚੀਜ਼ ਹੈ, ਹੈ ਵੀ ਮੋਨੀ ਨੰਬਰ ਆ ਗਈ। 2 ਤੇ 2 ਭਾਈ ਜਾਨ ਲੰਮੀ ਟੋਰ ਵੇਲ ਵੇਖਣੀ ਮਾਸ਼ਾਅੱਲਾ ਜੀ, ਤੁਹਾਨੂੰ ਸੋਹਣੇ ਲੱਗੇ ਨੇ ਆ ਵੀ ਸਾਹਿਬ ਭਾਈ, ਐਡੀਆਂ ਐਡੀਆਂ ਲੰਮੀਆਂ ਤੇ ਐਂਜੀਆਂ ਨਸਲਾਂ ਨਹੀਂ ਲੋਕ ਪਾਉਂਦੇ ਖਾਂਗੜੀਆਂ ਜੀ 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 ਆਈ ਸਾਹਿਬ ਵੈੜ ਨੰਬਰ 2 ਦਾ ਐਵਰੇਜ ਅਲਹਮਦੁਲਿਲਾ ਕਰਦੀ ਰਹੀ ਹੈ, 35 ਦੀ ਐਵਰੇਜ। ਠੀਕ ਹੈ, ਕੀ ਕੀਮਤ ਹੈ? ਅਲਹਮਦੁਲਿਲਾ ਫਰਾਜ਼ ਭਾਈ ਇਹਦਾ 1,95,000 ਰੁਪਿਆ। 1,95,000 ਠੀਕ ਹੈ, ਖੜਾਕ ਫੇਰ, ਖੜਾਕ ਫੇਰ ਘਟਾ ਦਿਓ 10 ਤੇ ਬਹਿਸ ਨਾ ਕੋਈ ਬੰਦਾ ਕਰਿਓ। 1,85,000 ਰੁਪਇਆ ਜੀ, ਬਿਹਤਰ ਹੋ ਗਿਆ। 1,85,000 ਪਿਛਲਾ 1.5 ਲੱਖ ਤੁਹਾਡੇ ਖਾਤੇ ਮੈਂ ਜਾ 1,85 ਨੰਬਰ 2 ਤੇ ਚੈੱਕ ਕਰਾਈ ਅੱਗੇ ਭਾਈ, ਲੈ ਹੋ ਜੀ ਨੰਬਰ 3 ਵਾਲੀ ਸ਼ਹਿਜ਼ਾਦੇ ਖੋਲ ਜਾਦਾ। ਅੱਗੇ ਆ ਗਈ ਮਾਸ਼ਾਅੱਲਾ ਜੀ ਵੈੜ ਨੰਬਰ 3 ਪਿੱਛੇ ਬੱਚਾ ਜੀ ਜੀ ਫਰਾਜ਼ ਭਾਈ, ਠੀਕ ਹੈ, ਗਰਾਸ ਬਰੀਡ ਹੈ, ਗਰਮੀ ਦਾ ਹੌਲ ਪਾਰ ਨਹੀਂ, ਪ੍ਰਿੰਟ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਭਾਈ ਜਾਨ ਸ਼ਰਮਾਣਾ ਨਹੀਂ, ਜਾ ਕੇ ਨੂੰ ਟੋਰੋ, ਪਹਿਲੇ ਜਾ ਟੋਰੋ ਫਿਰ ਪਿੱਛੇ ਘੋਟਾ ਆਇਆ ਨਵਾਂ ਮੇਰਾ ਵੀਰ ਅੱਜ ਅਲੀ ਭਰਾ, ਉਹ ਡਰਦੀ ਵੀ ਬੜਾ ਜੇ ਫਰਾਜ਼ ਭਾਈ ਕੈਮਰੇ ਕੋਲੋਂ। ਚਲੋ ਕੋਈ ਨੀ, ਲਾ ਰਹੇ ਕੋਈ ਯਾਰ ਫੜ ਲੈ, ਉਹ ਕੀ ਕਰਨਾ 50 ਰੁਪਏ। ਆਈ ਸਾਹਿਬ ਕਿੰਨਾ ਸੂਆ ਸੂਈ ਹੈ ਫਰਾਜ਼ ਭਾਈ? ਇਹ ਦੂਸਰਾ ਸੂਆ ਸੂਈ ਹੈ। ਖਲਾਰ ਭਾਈ ਸੂਆ ਦੂਸਰਾ ਸੂਈ, ਪਹਿਲਾ ਤੇ ਦੂਜਾ ਤੇ ਤੀਜਾ।
ਕਿਦੋਂ ਦੀ ਸੂਈ ਹੈ? ਫਰਾਜ਼ ਭਾਈ ਇਹ 20 ਤੋਂ 25 ਦਿਨ ਦੀ ਸਵੈਟ ਸੂਈ ਹੈ। 20 ਦਿਨ ਲੈ ਰਹੇ ਭਾਈ, ਆਪਾਂ ਥੋੜ੍ਹੀ ਛੱਡੀ 20 25 ਦਿਨ ਹੋ ਗਏ ਨੇ। ਚੰਗੀ ਕਾਦਾ ਵਰੇ ਕੋਈ ਛੋਟੀ ਜਿਹੀ ਸਮਤ ਨਹੀਂ। ਤੇ ਫਰਾਜ਼ ਭਾਈ ਇਹਦੀ ਸ਼ਰਾਫਤ ਕੀ ਹੋ ਗਿਆ? ਕਿਉਂ ਧਮਾੜਦੇ ਹੋ ਯਾਰ? ਕੀ ਨਹੀਂ ਆਉਂਦੇ? ਇੱਥੋਂ ਫੜ ਲੈ, ਮੋੜਕ ਪਾ ਲੈ, ਡਰਦੀ ਇਹਨੇ ਹੈਂ। ਲੈ ਫੜ, ਡਰਦੀ ਹੈ ਵੀ ਜ਼ਰਾ ਕੋ ਕੈਮਰੇ ਕੋਲ ਨਵੀਂ ਆਈ ਅੱਜ। ਦੁੱਧ ਕਿੰਨਾ ਹਿਸਾਬ ਇਹਦੇ ਕੋਲ? ਫਰਾਜ਼ ਭਾਈ ਸਨੇ ਬੱਚੇ 12 ਕਿਲੋ 14 ਕਿਲੋ ਸਨੇ ਬੱਚੇ ਗਰੰਟੀ ਹੋ ਜੀ ਠੀਕ ਹੈ 12 ਕਿਲੋ ਦੁੱਧ ਹੋਇਆ ਤੂੰ ਪੈਪਾਂ ਨਹੀਂ ਛੱਡਣੀ ਹੈ ਤੇ ਗਰਮੀ ਕਰੇ ਤੇ ਜੁੱਦੂ ਮੈਂ ਦਾੜੀ ਮੇਰੀ ਡਰ ਰਹਿੰਦਾ ਹੀ ਹੈ। ਫਰਾਜ਼ ਭਾਈ ਵੈੜੀ ਤੇ ਪੰਗਾ ਨਹੀਂ ਜੇ ਲੈਂਦੀ। ਫਰਾਜ਼ ਭਾਈ ਇਹ ਗੱਲ ਯਾਰ
ਦੀ 12 ਕਿਲੋ ਦੁੱਧ ਦੀ ਗਰੰਟੀ ਦੋਹਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਕਰਦਾ ਆ ਗਿਆ ਉਹਨੂੰ 15 ਵੀ ਹਾਲ ਲੇਕਿਨ ਮੈਂ ਉਹ ਦੱਸਣਾ ਜਿਹੜੇ ਅਸਲੀ ਡੱਬੇ ਨੇ ਮੈਂ ਨਿਕਲ ਕੇ ਦੱਸ ਕੇ ਬਾਅਦ ਜੂ ਮੈਂ ਨਹੀਂ ਆ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖ ਲੈਣਾ ਕੀ ਨਸਲ ਹੈ ਸਾਬ ਜੀ ਸਾਦਗੀ ਜਾ ਤੇ ਅੱਲਾ ਸਾਰਿਆਂ ਨੂੰ ਬਹੁਤਾ ਦੇ ਮੇਰੇ ਤੋਂ ਬਹੁਤਾ ਆਪਣੇ ਆਪਣੇ ਨਸੀਬਾਂ ਦਾ ਕੀ ਲੈਣਾ ਮੇਰੀਆਂ ਹਰਕਤਾਂ ਠੀਕ ਨੇ ਤੇ ਅੱਲਾ ਮੈਨੂੰ ਵੀ ਦੇਣਾ ਲੋਕਾਂ ਦੀਆਂ ਠੀਕ ਨੇ ਉਹਨੂੰ ਜਿਹੜੇ ਨਸੀਬ ਨੇ ਫਰਾਦ ਭਾਈ ਇਹਦਾ ਰੇਟ ਹੋਏਗਾ 2,85,000 ਰੁਪਇਆ ਫਾਈਨਲ ਸਾਡੇ 3 ਲੱਖ ਨੀ 3 ਲੱਖ ਨਹੀਂ ਮੈਨੂੰ ਲੱਭੀ ਸਵਾਲੀ ਹੈ ਤੇ ਦੇਣੀ ਵੀ ਭਰਾਵਾਂ ਨੂੰ ਸਵਾਲੀ ਹੈ ਠੀਕ ਹੈ ਤੇ ਜ਼ਰੂਰਤ ਸੀ ਕਿਸੇ ਭਰਾ ਨੂੰ ਠੀਕ ਹੈ ਤੇ ਮੈਂ ਆਪਣਾ ਲੱਭੀ ਸਵਾਲੀ ਹੈ 2,85,000 ਦੀ ਫਾਈਨਲ ਜੀ ਬਿਹਤਰ ਹੋ ਗਿਆ ਨੰਬਰ 3 ਤੇ ਚੈੱਕ ਕਰਾਈਏ 12 ਕਿਲੋ ਦੁੱਧ ਦੀ ਗਰੰਟੀ ਹੈ ਸੋਆ ਦੂਸਰਾ ਸੂਈ ਹੈ ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਤੇ ਕੀਮਤ ਡਿਮਾਂਡ 2,85,000 ਪਿੱਛੇ ਦੇ ਬੱਚਾ ਹੋਏ ਤਾਂ ਬੈਟਰੀ ਖਤਮ ਹੋ ਗਈ ਹੋਰ ਘਟਾ ਦਿਓ 5 ਤੇ ਲੇਕਿਨ ਮੈਨੂੰ ਕੋਈ ਆਇਆ ਭਰਾ ਨਾ ਆਖੇ ਕਿ 1 ਰੁਪਿਆ ਵੀ ਲਾ ਸੀ ਯਾਰ ਸਨੋ ਵਾਲੀ ਗੱਲ ਹੋਣੀ ਚਾਹੀਦੀ 2,80,000 ਦੁੱਧ 12 ਕਿਲੋ ਦੀ ਗਰੰਟੀ ਹੋਈ ਦੀ ਸੋਆ 14 ਕਿਲੋ ਲੇਕਿਨ ਮੈਂ ਗਰੰਟੀ 12 ਦੀ ਜਗ੍ਹਾ ਦਾ ਸਾਰੇ ਬੱਚੇ ਠੀਕ ਹੈ ਪਿੱਛੇ ਦਾ ਬੱਚਾ ਮਾਸ਼ਾਅੱਲਾ ਜੀ ਨੰਬਰ ਆ ਗਈ 3 ਤੇ ਫਰੀਜ਼ੀਅਨ ਤੇ ਚੁਲਸਤਾਨੀ ਕਰਾਸ ਤੇ ਅੱਗੇ ਆ ਗਈ ਮਾਸ਼ਾਅੱਲਾ ਜੀ ਅੱਜ ਦੀ ਵੀਡੀਓ ਦੀ ਬ੍ਰਾਂਡ ਇਹ ਬ੍ਰਾਂਡ ਦੇ ਪਿੱਛੇ ਨੇ ਫਰਾਦ ਇਹ ਵੀ ਬ੍ਰਾਂਡ ਹੈ ਸਾਬ ਹਾਂਜੀ ਇਹ ਮਾਸ਼ਾਅੱਲਾ ਜੀ ਚੰਗੀ ਰਵੇਲ ਹੈ ਚੰਗੀ ਖੂਬਸੂਰਤੀ ਹੈ ਮਾਸ਼ਾਅੱਲਾ ਜੀ ਪ੍ਰਿੰਟ ਵੀ ਜ਼ਬਰਦਸਤ ਹੈ ਪੁੱਠਾ ਵੀ ਦੋਸਤਾਂ ਚੈੱਕ ਕਰਾਨੇ ਆ ਪੂਰੀ ਨਾਮੀ ਗ੍ਰਾਮੀ ਸ਼ੌਕੀਆ ਚੀਜ਼ ਹੈ ਹਰ ਵੀਡੀਓ 'ਚ ਇਹੋ ਜੀ ਵੈਡ ਸ਼ਾਮਲ ਨਹੀਂ ਹੁੰਦੀ ਇਹ ਵੀ ਮੋਨੀ ਹੈ ਮਾਸ਼ਾਅੱਲਾ ਜੀ ਬਾਈ ਜਰਾ ਸਕੂਨ ਨਾਲ ਹੱਥ ਖਿਲਾ ਰਹੇ ਫਰਾਦ ਭਾਈ ਇੰਪੋਰਟਡ ਹੈ ਤੇ ਡੀਆਂ ਲੰਮੀਆਂ ਬੜੀਆਂ ਵੀਡੀਓ ਬਣਾਉਂਦੇ ਦੱਸਿਓ ਤੇ ਇਹ ਤੋਹਫਾ ਤੇ ਕਰੀ ਚੈੱਕ ਕਰਾ ਰਹੇ ਹਾਂ ਵੀਰਾ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਆਪ ਕਿੰਨੇ ਦਿਨ ਦਾ ਕਿੰਨੇ ਦਿਨ ਦਾ 2 ਮਹੀਨੇ ਦਾ ਦੇਣੇ 5 ਦਿਨ ਦਾ ਜਾਂ 6ਵਾਂ ਦਿਨ ਦੇ ਖਿਲਾੜ ਫਰਾਦ ਭਾਈ ਆ ਨਾੜੂ ਚੈੱਕ ਕਰ ਲੈਣ 6ਵਾਂ ਦਿਨ ਤੇ ਇਹਨਾਂ ਨੂੰ ਆਂਦੇ ਤੇ ਬ੍ਰਾਹਮਣ ਮਾਸ਼ਾਅੱਲਾ ਜੀ ਟੋਰੇ ਭਾਈ ਜਾਨ ਇਹਨਾਂ ਨੂੰ ਆਹ ਬੱਚੇ ਹੁੰਦੇ ਨੇ ਜਿਹੜੇ ਦੋਸਤ ਕੁਰਬਾਨੀ ਤੇ 7-7 8-8 ਲੱਖ ਦੇ ਤਿਆਰ ਕਰਕੇ ਸੇਲ ਕਰਦੇ ਨੇ ਅਗਰ ਕਿਸੇ ਦੋਸਤ ਨੇ ਬੱਚੇ ਤਿਆਰ ਕਰਨੇ ਤੇ ਇਹੋ ਜਿਹੇ ਮਾਸ਼ਾਅੱਲਾ ਜੀ ਤਿਆਰ ਕਰਨ ਵੈਡ ਨੰਬਰ 4 ਚੈੱਕ ਕਰਾਨੇ ਆ ਪੇ ਪਿਆਰਾ ਭਾਈ ਤੁਸੀਂ ਜ਼ਰਾ ਥੋੜਾ ਸਾਹਮਣੇ ਹੋ ਕਿਨਵਾ ਸੁਆ ਸੂਈ ਹੈ ਹਿਸਾਬ ਹੈ ਫਰਾਦ ਭਾਈ ਦੂਸਰਾ ਸੁਆ ਸੂਈ ਹੈ ਰੈੱਡ ਫਰੀਜ਼ੀਅਨ ਜਰਸੀ ਹੈ ਤੇ ਇੰਪੋਰਟੈਂਟ ਨਾ ਹੋਏ ਨਹੀਂ ਤੇ ਗਾਂ ਫਰੀ ਫਰਾਦ ਭਾਈ ਤੇ ਜਨਮਨ ਅਸਲ ਹੈ ਮੋਨੀਆਂ ਨੇ ਰੈੱਡ ਫਰੀਜ਼ੀਅਨ ਤੇ ਜਰਸੀ ਪਿੱਛੇ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ ਸੁਆ ਦੂਸਰਾ ਦੱਸਿਆ ਕਿਦੋਂ ਦੀ ਸੂਈ ਹੈ ਹਾਂਜੀ ਸਾਹਿਬ ਕੀ ਤੁਸੀਂ ਸੂਈ ਪੰਜਵਾਂ ਦਿਨ ਜੇ ਫਰਾਦ ਭਾਈ ਪੰਜਵਾਂ ਦਿਨ ਨੇ ਮਾਸ਼ਾਅੱਲਾ ਜੀ ਭਾਈ ਇੱਥੇ ਜਰਾ ਸਿੱਧੀ ਕਰੋ ਹਾਪੀ ਭੱਲੀ ਸਾਡੇ ਹੁਣ ਇਹਦੀ ਰਵੇਲ ਕਾਫੀ ਮਾਸ਼ਾਅੱਲਾ ਜੀ ਦੋਸਤਾਂ ਨੂੰ ਰਵੇਲ ਚੈੱਕ ਕਰਾਨੇ ਨੰਬਰ ਆ ਗਈ 4 ਤੇ ਸੁਆ ਦੂਸਰਾ
ਤੇ ਬੋਲ ਬੋਲ ਬੋਲਦਾ ਬੱਚਾ ਫਰਾਜ਼ ਭਾਈ ਤੇ ਏਡੀਆਂ ਏਡੀਆਂ ਲੰਮੀਆਂ ਗੱਲਾਂ ਸਾਰੇ ਕਰ ਲੈਂਦੇ ਨੇ ਜੁੰਜ, ਲੇਕਿਨ ਹਾਜੀ ਪਾ ਸਾਹਿਬ ਰੰਗ ਦਾ ਮਾਲ ਵੇਚੇ ਦਾ ਮਾਸ਼ਾਅੱਲਾ, ਚੰਗਾ ਵੀ ਵੇਚੇ ਦਾ ਮਾੜਾ ਵੀ ਵੇਚੇ ਦਾ, ਜਿੰਜ ਦਾ ਮਾਲ ਹੋਏ ਤਾਂ ਅੰਜਰਾ ਰੇਟ ਹੋਏ ਦਾ ਬੜੀ ਮਾਸ਼ਾਅੱਲਾ ਜੀ, ਇੰਪੋਰਟੈਂਟ ਸ਼ਾਮਾਂ ਦੇ ਵੀ ਥੱਲੇ ਹਾਜੀ ਬਾਸ ਲਿਆਇਆ ਫਿਲਹਾਲ ਪੰਜਵਾਂ ਦਿਨ ਇਹਦੇ ਥੱਲੇ ਵੇ 18 ਕਿਲੋ ਸਨੇ ਬੱਚੇ ਹਾਈ ਸਮਝ ਅੱਲਾ ਦੇ ਹੁਕਮ ਨਾਲ 25-30 ਦੀ ਆਵਰੇ ਜਾਰੀ, ਮੈਂ ਗਰੰਟੀ ਨਹੀਂ ਦਿੰਦਾ ਨਸੀਬ ਦੁੱਧ ਪੁੱਤਰ ਆਪਣੇ ਨਸੀਬਾਂ ਨਾਲ ਠੀਕ ਹੈ, ਲੇਕਿਨ ਫਿਲਹਾਲ ਮੈਂ 18 ਕਿਲੋ ਦਿਆਂ ਲਾ ਪੰਜਵਾਂ ਦਿਨ ਇਹਦੀ ਸੂਈ ਆ ਇਹਦਾ ਤੇ ਨਾਲੂ ਥੱਲੇ ਵੇ ਤੇ ਬ੍ਰਾਹਮਣ ਅਸਲ ਨਸਲ ਠੀਕ ਹੈ, ਰੈੱਡ ਫਰੀਜੀਅਨ ਬ੍ਰਾਹਮਣ ਬੱਛਾ ਕੀ ਕੀਮਤ ਹੈ ਫਰਾਜ਼ ਭਾਈ ਇਹਦੀ ਕੀਮਤ ਤੇ ਇੰਨਾ ਨਾ ਮੰਗ ਲੈਂਦੇ ਜੇ 10 ਲੱਖ ਤੇ 12 ਲੱਖ ਇਹ ਪੈਕੇਜ ਆ ਚੱਲਣਾ ਜੇ 4,65,000 5 ਤੇ ਪੂਰਾ ਮਾਸ਼ਾਅੱਲਾ, ਲੇਕਿਨ ਮੈਂ ਜੁੱਤੀਆਂ ਪਾਉਂਦੇ ਨੀ ਫਰਾਜ਼ ਭਾਈ ਬਣਦਾ, ਬੰਦੇ ਨੇ ਇਨਸਾਨ ਦੇ ਗੱਲ ਜੁੱਤੀ ਪਾਈ ਹੋਏ ਸੋਹਣੀ ਨਹੀਂ ਲੱਗਦੀ, ਬੈਠ ਦੇ ਗੱਲ ਜੁੱਤੀ ਨਹੀਂ ਸੋਹਣੀ ਲੱਗਦੀ, ਭਾਂਜੀ ਭਾਰੀ ਰੱਸੀ ਮਾੜੀ ਜੇ ਪਾ ਰਹੀ ਹੈ ਕਰਮਾਲੀ ਦੇ ਇਹ ਗੱਭਣੀ ਵਾਲੇ ਫਰਾਜ਼ ਭਾਈ, ਅੱਜ ਅੱਜ ਰਾਤ ਨੂੰ ਜਾਂ ਅੱਜ ਦਿਨੇ ਵੈੜੀ ਸੂਬੇ ਦੀ, ਅੱਜ ਇਨਸ਼ਾਅੱਲਾ ਫਜ਼ਲੇ ਖੁਦਾ ਦਿਨ ਕੱਲ ਪੂਰੇ ਕਰ ਗਈ ਉੱਤੇ ਲੱਗ ਗਏ ਦਿਨ। ਚਲੋ ਮਾਸ਼ਾਅੱਲਾ ਜੀ, ਪੂਰਾ ਮੈਦਾਨ ਲੱਗ ਗਈ ਜਿਹੋ ਜੀ ਗਰਮੀ ਹੈ, ਸੋ ਅੱਛੀ ਗੱਲ ਹੈ ਕਿ ਚੰਗੀ ਤਿਆਰ ਹੋ ਗਈ ਜੀ, ਦੱਸਣਾ ਨਹੀਂ ਹੁੰਦੀ ਮੈਂ ਦੱਸ ਛੱਡਣਾ, ਮੈਂ 2 ਵਾਰੀ ਫਰਾਜ਼ ਭਾਈ ਬੈਠ ਚੋਹੜੀ ਜੇ। ਅੱਛਾ ਹਾਂਜੀ, ਗੱਬਣੀ ਚੋਹੜੀ ਹੈ ਗੱਬਣ ਫਰਾਜ਼ ਭਾਈ ਚੋਈ ਹੈ, 3 ਟਾਈਮ ਚੋਣ ਵਾਲੀ ਵੈੜੀ ਹੈ, ਪਿਛਲੀ ਵੀਡੀਓ ਚ ਵੀ ਵੈੜੀ ਲਾਈ ਸੀ ਠੀਕ ਹੈ, ਤੇ ਤੁਹਾਡੇ ਇੱਕ ਦੋਸਤ ਨੇ ਲਈ ਸੀ ਜੀ ਜੀ ਲਈ ਵੈੜੀ, ਝੂਠ ਨਹੀਂ ਬੋਲਣਾ, ਵੈੜੀ ਉਹਨੇ ਲੀਲੇ ਸੀ ਮਾਂ ਨੇ ਆਖਿਆ ਯਾਰ ਸੁਣਦੀ ਹੈ ਤੇ ਲਾਈ ਜਾਣਾ, ਪਰ ਮਾਂ ਹਰੀ ਜਾਂਦੇ ਹਨ ਉਹਦੀ ਮਾਂ ਤਾਂ ਸਾਡੀ ਵੀ ਮਾਂ ਜੀ ਜੀ ਠੀਕ ਹੈ, ਅਸੀਂ ਮੁਸਲਮਾਨ ਉਹਦੀ ਮਾਂ ਵੀ ਤਾਂ ਸਾਡੀ, ਉਹਨੇ ਆਖਿਆ ਪੁੱਤਰ ਮੇਰਾ ਦਿਲ ਨੀ ਗਾਈ ਦੇ ਦੁੱਧ ਤੇ ਕਰਦਾ, ਮੇਰੇ ਲਈ ਮੱਝ ਲੈ ਗਿਆ, ਉਹਨੇ ਆਖਿਆ ਮਾਂ ਜੀ ਮੈਂ ਗਾਈ ਨਹੀਂ ਛੱਡਣੀ ਉਹਦੀ ਠੀਕ ਹੈ, ਉਹ ਫਿਰ ਮਾਂ ਮੈਂ ਆਖਿਆ ਯਾਰ ਮਾਂ ਆ ਨੀ ਮੰਨ ਲੈ ਤੂੰ ਮੱਝ ਲਾਈ, ਅੱਜ ਵੀ ਮੈਂ ਦਿਲ ਕਰਦੇ ਕਰ ਲੈ ਸਰ। ਚਲੋ ਹਰ ਇੱਕ ਬੰਦੇ ਦੀ ਆਪਣੀ ਸੋਚ ਅੱਛੀ ਗੱਲ, ਤੁਸੀਂ ਤਾਂ ਕੀਤਾ ਉਹਨਾਂ ਨਾਲ ਲਟਕਿਆ ਨੇ ਪੀੜੀ ਦੇ ਪਾਵੇ ਤੇ ਐ ਨੇ ਹੁੰਦੇ ਆ ਪਾਵਰਫੁਲ ਥਾਨ ਠੀਕ ਹੈ, ਤੇ ਜਾਂ ਉਹ ਹੁੰਦੇ ਨੇ ਪਾਵਰਫੁਲ ਥਾਨਾ ਚ ਵਹਾੜ ਹੋ ਵੀਰਾਂ ਨੂੰ ਐ ਆ ਸਾਰੇ ਲੈਂਦੇ ਨੇ ਪਾਵਰਫੁਲ, ਐ ਹੁੰਦੇ ਜੇ ਪਾਵਰਫੁਲ ਥਾਨ ਥਾਣਾ ਦੀ ਬਾਡੀ ਵੀ ਬੜੀ ਗਈ ਮਾਸ਼ਾਅੱਲਾ ਜੀ, ਗੱਬਨ ਦਾ ਰੇਟ 4 ਲੱਖ
ਹਾਂਜੀ ਜੀ ਬਿਹਤਰ ਹੋ ਗਿਆ ਨੰਬਰ 5 ਤੇ ਚੈੱਕ ਕਰਾਈਏ ਹੋਰ ਡੇੜਾ ਵੀਰਾਂ ਨੂੰ ਲੈਸ 10,000 ਰੁਪਇਆ ਆਖਿਆ ਨਾ ਵੀਰ ਕਿ 5 ਵਧਾ ਗਿਆ ਪੱਠਿਆਂ ਦਾ 10 ਹੋਰ 5 ਵੀਰਾਂ ਨੂੰ ਛੱਡ ਜਾਓ ਫਾਈਨਲ 395 ਦੇ ਕੀ ਬਾਤ ਹੈ ਜ਼ਬਰਦਸਤ ਭਾਈ ਸਾਹਿਬ 390 ਹੋ ਗਿਆ ਫਿਰ ਹਾਂਜੀ ਤੇ ਉਹ ਮੈਨੂੰ ਐਂ ਦਿਨੀਆਂ 5-5 ਲੱਖ ਰੀਆਂ ਦੇਣੇ ਜੇ ਤੇ ਪਲੰਦੇ ਹੀ ਬੰਨ ਛੱਡ ਦੇਣੇ ਗੱਲਾਂ ਦੇ ਇੱਥੇ ਗੱਲਾਂ ਕੋਈ ਨਹੀਂ ਪਲੰਦੇ ਬੰਨ ਦੇ ਹਟ ਜਾ 3,90,000 ਮਾਸ਼ਾਅੱਲਾ ਜੀ ਜ਼ਬਰਦਸਤ ਹੋ ਗਿਆ ਨੰਬਰ 5 ਤੇ ਚੈੱਕ ਕਰਾਈ ਗੋ ਲਿਆਓ ਜੀ ਪੈਕੇਜ ਫਰਾਜ਼ ਭਾਈ ਬਚ ਗਿਆ ਹੁਣ ਹੀ ਚੋਲੋ ਮੈਂ ਥਾਨ ਬੜੇ ਗੌਰ ਨਾਲ ਵੇਖ ਕੇ ਲਿਆਉਣਾ ਵਾ ਹੈਲੋ ਹਾਂ ਹੈਲੋ ਬੈਗ ਚੋਲੋ ਕੀ ਫਰਾਜ਼ ਭਾਈ ਇਹਦੀ ਕੀਮਤ ਹੁਣ ਕੀ ਲਾਵਾਂ ਤੇ ਕੀ ਤੇ ਲੱਭੀ ਵਾਵਾ ਮਹਿੰਗੀ ਹੈ ਫਰਾਜ਼ ਭਾਈ ਅੱਛਾ ਲੇਕਿਨ ਮੈਂ ਉਸ ਰੇਟ ਦੇ ਨਹੀਂ ਲਾਣੀ ਇਹਨੂੰ ਇੰਜ ਕਰੋ ਫਰਾਜ਼ ਭਾਈ ਲਾ ਦਿਓ ਸੋਚ ਕੇ ਦੱਸਣਾ ਪੈਣਾ ਫਰਾਜ਼ ਭਾਈ ਮਾਸਾ ਕਿੰਨਾ ਨਹੀਂ ਲਾ ਲਈ ਖੜਾ ਕੀ ਕਰਨਾ ਹੁੰਦਾ ਫਰਾਗ ਲਾ ਦਿਓ 65,000 ਦੀ ਸੈਂਡਲ ਇੱਕ ਰੁਪਈਆ ਵੀ ਲੈਸ ਨੇ ਜੇ ਫਰਾਜ਼ ਭਾਈ ਜਮੀ ਚਲੋ ਮੇਰੀ ਤੂੰ ਛੱਡੋ ਅਗਲੀ ਗੱਲ ਲੇਕਿਨ 65,000 ਰੁਪਏ ਦੀ ਜੀ ਬਿਹਤਰ ਹੋ ਗਿਆ 65,000 ਅੱਗੇ ਭਾਈ ਲਿਆਓ ਜੀ ਲਿਆਓ ਜੀ ਪਾਉਡਰ ਹਰ ਰੰਗ ਦਾ ਭਰਾਵਾਂ ਦਾ ਸ਼ੌਕ ਜਿਹਨੂੰ ਬੱਚੇ ਨਹੀਂ ਕਮਲ ਵਾਲੀ ਸਭ ਦੀ ਫਰਾਜ਼ ਭਾਈ ਇਹ ਕੋਈ ਹੈ 5 ਮਹੀਨੇ ਦਾ ਖਾਂਗੜ ਵੀ ਤਾਜ਼ੀਆਂ ਵੀ ਗੱਬਣ ਵੀ ਅਲਹਮਦੁਲਿਲਾ ਜੀ ਜਿਹੜਾ ਕੋਈ ਭਰਾ ਖਾਲੀ ਨਾ ਜਾਏ ਸਾਡੇ ਡੇਰਿਆਂ ਤੋਂ ਖੀਰਾ ਬੱਚਾ ਮਾਸ਼ਾਅੱਲਾ ਜੀ ਨਸਲ ਦੀ ਵੀ ਚੰਗੀ ਹੈ ਉਹ ਫਿਰ ਤੈਯਬ ਸਾਹਿਬ ਉੱਚੀ ਘੂਲੋ ਹਾਂ ਕੋਨੀ ਗੱਲ ਮੈਂ ਨਹੀਂ ਰੈਪ ਵਾਲੀ ਸ਼ਾਇਦ ਇੰਨਾ ਹੁੰਦਾ ਤੁਸੀਂ ਅੱਖ ਚੋਂ ਜੋ ਚਿੱਟੀ ਆਖੀ ਹੈ ਤੂੰ ਚਿੱਟੀ ਹੈ ਜੋ ਤੁਸੀਂ ਭਾਵੇਂ ਮੈਨੂੰ ਇਸ਼ਾਰੇ ਕਰਦੇ ਹੋ ਕੋਈ ਗੱਲ ਨਹੀਂ ਸਾਹਮਣੇ ਮੈਂ ਇਹਦਾ ਕਿਹੜਾ ਮੁੱਲ ਪਾਉਣਾ ਜੇ ਮੈਂ ਟੀਟਾਂ ਦਾ ਮੁੱਲ ਇਹਦਾ ਪਾਉਣਾ ਜੇ ਫਰਾਜ਼ ਭਾਈ ਖੜਾ ਕੀ ਹੈ ਖੜਾ ਘਰ ਛੱਡਣਾ ਤੇ ਜੇ ਅੱਖ ਨਹੀਂ ਜੇ ਖਰਾਬ ਉਂਝ ਇੱਥੋਂ ਅੱਖ ਹੀ ਚਿੱਟੀ ਹੈ ਉਹਦੀ ਠੀਕ ਤੁਸੀਂ ਮੈਨੂੰ ਇਸ਼ਾਰਾ ਕਰਾਇਆ ਮੈਂ ਸਭ ਤੋਂ ਪਹਿਲਾਂ ਡੰਗਰ ਦੇ ਐਪ ਵੇਖਣਾ ਕੰਨ ਛੋਟੇ ਨੇ ਮਾਸ਼ਾਅੱਲਾ ਜੀ ਠੀਕ ਭਾਈ 5 ਮਹੀਨੇ ਉਮਰ ਹੈ ਖੀਰਾ ਬੱਚਾ ਠੀਕ ਭਾਈ ਲੈ ਚਲੋ ਕੀ ਨਸਲ ਹੈ ਸਭ ਜੀ ਫਰਾਜ਼ ਭਾਈ ਤੁਹਾਡੇ ਸਾਹਮਣੇ ਜੇ ਆਸਟ੍ਰੇਲੀਆ ਫਰੀਜ਼ਨ ਬੁਲਬੁਲ ਦੇ ਬੱਚੇ ਹੋਣੇ ਤੇ ਆ ਬੁਲਬੁਲ ਕੀ ਹਾਲ ਹਾਂਜੀ
ਦੁੱਧ ਕਿੰਨਾ ਕਿਹਦੇ ਕੋਲ? ਰਾਤ ਭਾਈ ਦੁੱਧ ਆਖਣ ਨੂੰ ਤੇ 16 17 18 21 ਡੱਬੇ ਆਖਣੀ ਦਾ ਮੂੰਹ ਨਾਲ ਆਖਣਾ ਕਿਹੜੀ ਗੱਲ ਜੀ ਵੀ ਲਾਣੀ 11 ਡੱਬੇ ਸਣੇ ਬੱਚੇ ਸਾਡੇ 11 ਡੱਬੇ ਦੁੱਧ ਠੰਡਾ ਕਰਕੇ ਦੋਆਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਦੁੱਧ 11 ਕਿਲੋ ਸੂਆ ਪਹਿਲਾ ਸੂਈ ਜਸਾਮਤ ਬੜੀ ਪਿਆਰੀ ਮਾਸ਼ਾਅੱਲਾ ਜੀ ਧੁਨੀ ਦਾ ਨਿਸ਼ਾਨ ਧੁਨੀ ਦਾ ਨਿਸ਼ਾਨ ਹੀ ਬਰੀਕੀਆਂ ਮਾਸ਼ਾਅੱਲਾ ਜੀ ਸਾਰੀਆਂ ਮੌਜੂਦ ਨੇ ਇੱਕੀ ਝੋਟੀ ਜਾ ਕੇ ਸਭ ਪਿੱਛੇ ਕੱਟਾ ਦੇ ਲੇਕਿਨ ਥੋੜਾ ਜਿਹਾ ਕਮਜ਼ੋਰ ਹੈ ਡਾਕਟਰ ਸਾਹਿਬ ਨੂੰ ਸੱਦਿਆ ਕਿ ਆਇਓ ਜਰਾ ਕੋ ਹੈ ਥੋੜਾ ਜਿਹਾ ਕਮਜ਼ੋਰ ਪਿਆ ਜਾ ਦੇ ਰਹੇ ਕੀ ਗੱਲ ਹੈ ਦੁੱਧ ਸਾਰਾ ਚੋਈ ਜਾਂਦੇ ਨਹੀਂ ਚੋ ਨਹੀਂ ਜਾਂਦੇ ਫਰਾਜ ਭਾਈ ਨਾ ਐ ਥੋੜਾ ਜਿਹਾ ਇਹਨੂੰ ਜ਼ਖਮ ਹੋ ਗਿਆ ਠੀਕ ਹੈ ਠੀਕ ਹੈ ਤਾਂ ਹੁਣ ਸੈੱਟ ਕਰਨ ਦੇ ਆ ਅੱਲਾ ਖੈਰ ਰੱਖੇ ਤੇ ਹੋ ਪਿਆ ਹੁਣ ਇਨਸ਼ਾਅੱਲਾ ਠੀਕ ਹੈ ਕੀ ਕੀਮਤ ਹੈ ਜੀ ਪਰ ਕੀਮਤ ਇਹਦੀ ਫਰਾਜ ਭਾਈ ਬੱਚਿਆਂ ਦੇ ਡਾਉਣ ਦੀ ਵਜ੍ਹਾ ਦੇ ਨਾਲ ਕੀਮਤ ਝੋਟੀ ਹੈ ਮੇਰੀ ਫਰਾਜ ਭਾਈ 3.5-4 ਲੱਖ ਰੁਪਏ ਅੱਛਾ ਬੱਚੇ ਵਾਸਤੇ ਕੀਮਤ ਘੱਟ ਪਾਉਣ ਲਗਾ ਰਾਤੀ ਮੈਂ ਜੋ ਪਹਾੜੇ ਦੇ ਵਿੱਚ ਹੋ ਕੇ ਚੈੱਕ ਕੀਤੀ ਜੀ ਹਾਂਜੀ ਵੀ ਬਾਈ ਉਹ ਥੱਲੇ ਹਿਲਦੀ ਨਹੀਂ ਠੀਕ ਹੈ ਅੱਲਾ ਨਾ ਕਰੇ ਕੋਈ ਬੱਚੇ ਦਾ ਵਾਅਦਾ ਘਾਟਾ ਜ਼ਿੰਦਗੀ ਮੌਤ ਅੱਲਾ ਦੇ ਕੋਲ ਹੈ ਫਰਾਜ਼ ਭਾਈ ਲੇਕਿਨ ਬੱਚਾ ਹੁਣ ਫਰੈਸ਼ ਤੇ ਵਾਹ ਗਿਆ ਸੀ ਬੱਚਾ ਤੇ ਨਾਲ ਜ਼ਖਮ ਹੋ ਗਿਆ ਥੋੜਾ ਛੋਟਾ ਜਿਹਾ ਤੇ ਫਰਾਜ਼ ਭਾਈ ਇਹਦੀ ਕੀਮਤ ਫਾਈਨਲ ਫਾਈਨਲ 3,25,000 ਰੁਪਇਆ ਸਵਾ 3 ਲੱਖ ਸਿਰਫ ਬੱਚਾ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਤੇ ਉਂਝ ਬੋਲ ਬੋਲ ਹੀ ਜੇ ਫਰਾਜ਼ ਜੀ ਬਿਹਤਰ ਹੋਗਾ ਮਜ਼ੀਦ ਕੋ ਦੋਸਤਾਂ ਵਾਸਤੇ ਭੇਜਾਂ ਮੈਂ ਇਹਨਾਂ ਦੋਵਾਂ ਹੱਥਾਂ ਦਾ ਭਰਾਵਾਂ ਨੂੰ ਸਲਾਮ ਤੇ ਜਿਹੜੇ ਕਮੈਂਟ ਕਰਦੇ ਨੇ ਨਾ ਇੱਕ ਮਕਬੂਲ ਸਾਹਿਬ ਨੇ ਹੋਰੇ ਤੇ ਇੱਕ ਕੀ ਨੇ ਆਪਣਾ ਨਾਮ ਮਾਸ਼ਾਅੱਲਾ ਹਰ ਵੀਡੀਓ 'ਚ ਲਿਖਦੇ ਨੇ ਉਹਨਾਂ ਨੂੰ ਮੈਂ ਸਲਾਮ ਕਰਨਾ ਚਾਹੁੰਦਾ ਜਨਾਬ ਸਾਰੇ ਵੀਰਾਂ ਭਰਾਵਾਂ ਨੂੰ ਸਲਾਮ ਸੋਹਣੀ ਜੀ ਅੱਲਾ